ಮಲ್ಗರಿ ಚರಿತ ಪಶ್ಚಾತ್ ಭೂಮಿ ಮಧುಪುರ ಓಂ ನಾರಾಯಣಾಯ ಸ್ವಾಹ ಸುವಧಂ ಮಹತೆ ಕ್ಷತ್ರಾಯ ಮಹತೆ ಜ್ಯೇಷ್ಠಾಯ ಮಹತೆ ಜಾನ ರಾಜಾನ್ ಸೇಂದ್ರಿಯಾಯ ಇಮಮ ಮುಖ್ಯ ಪುತ್ರ ಮಮ ಸೇ ಪುತ್ರ ಸೇ ವಿಷಯ ಓಂ ಹೀ ರಾಜ ಓಸ್ಮಾಕಂ ಬ್ರಾಹ್ಮಣ ನಾಗೋ ರಾಜ ಓಂ ಚಂದ್ರಮಸೇ ನಮಃ ಸ್ವಾಹ ಮಂಗಲ ಗ್ರಹ ಕಾ ಧ್ಯಾನ ಕೀಜಿಯೇ ಓಂ ಮಂಗಲೋರ್ಧಾ ದಿವಃ ಕತುತ್ಪತಿ ಪೃಥಿವ್ಯಾಯಂ ಮಾ ಪಾಗುಂ ರೇ ಪಾಗುಂ ಸಿಜಿನ್ವತಿ ਅੱਜ ਸਾਰੇ ਦੇਸ਼ ਦੇ ਧਰਮ ਵਿਦੇਸ਼ਾਂ ਦੇ ਵਿੱਚ ਵੀ ਕੱਲਾ ਹਿੰਦੂ ਭਾਈਚਾਰਾ ਨਹੀਂ, ਹਿੰਦੂ ਸਿੱਖ ਈਸਾਈ ਮੁਸਲਮਾਨ ਸਭ ਇਸ ਗੱਲ ਦਾ ਸਵਾਗਤ ਕਰ ਰਹੇ ਨੇ ਅੱਜ ਰਾਮ ਲੱਲਾ ਜੀ ਆਪਣੇ ਪ੍ਰਸਾਨ ਪ੍ਰਤਿਸ਼ਠਾ ਕਰ ਰਹੇ ਨੇ ਔਰ ਇਹ ਜਿਹੜਾ ਕੰਮ ਸ਼ੁਰੂ ਕੀਤਾ ਕਾਰ ਸੇਵਕਾਂ ਨੇ ਇੱਕ ਵਾਰੀ ਬੜਾ ਵੱਡਾ ਯੁੱਧ ਲੜਿਆ, 500 ਸਾਲਾਂ ਤੋਂ ਸਾਡੀਆਂ ਪੀੜ੍ਹੀਆਂ ਲੜ ਰਹੀਆਂ ਔਰ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅੱਜ ਅਸੀਂ ਇਹ ਰਾਮ ਮੰਦਿਰ ਬਣਦਾ ਦੇਖ ਰਹੇ ਹਾਂ, ਕਿਉਂਕਿ ਸਾਡੀ ਪੀੜ੍ਹੀਆਂ ਨੇ ਰਾਮ ਮੰਦਿਰ ਟੁੱਟਦਾ ਵੀ ਵੇਖਿਆ ਹੋਏਗਾ, ਉਸ ਪੀੜਾ ਨੂੰ ਅੱਜ ਹਰਸ਼ ਜਿਹੜਾ ਬਦਲਿਆ ਹੈ ਇਹ ਸਾਡੇ ਯਸ਼ਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਦੇਣ ਹੈ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਹੋਇਆ ਔਰ ਇਹ ਸਾਰਾ ਮਾਹੌਲ ਰਾਮਮਈ ਹੋ ਚੁੱਕਾ, ਸਾਰਾ ਦੇਸ਼ ਰਾਮਮਈ ਹੋ ਚੁੱਕਾ। ਜੈ ਸ਼੍ਰੀ ਰਾਮ। ਜੈ ਸ਼੍ਰੀ। ਦੇਖੋ ਜੀ, ਆਪਣੀ ਆਪਣੀ ਮੰਸ਼ਾ ਹੁੰਦੀ ਹੈ, ਆਪਣੇ ਆਪਣੇ ਆਸਥਾ ਹੁੰਦੀ ਹੈ ਇਹਦੇ ਬਾਰੇ ਪੋਲਿਟਿਕਸ ਕਰਨੀ ਹੋਰ ਦੀ, ਜਿਸਨੂੰ ਜੋ ਵਾਰਾ ਖਾਂਦਾ ਉਹਨੇ ਕੀਤਾ ਔਰ ਲੋਕ ਆਪਣੀ ਛੁੱਟੀ ਕਰਕੇ ਇਸ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਇਸ ਕਰਕੇ ਕੋਈ ਗੱਲ ਨਹੀਂ। ਪਹਿਲਾਂ ਦੇ ਫਾਰਮ ਜੈ ਸ਼੍ਰੀ ਰਾਮ। ਮੈਂ ਆਪਣੇ ਵੱਲੋਂ ਤੇ ਆਪਣੇ ਡੇਰਾ ਬਾਬਾ ਨਾਨਕ ਸਨਾਤਨ ਮੰਦਰੀ ਵੱਲੋਂ ਸਾਰੇ ਦੇਸ਼ ਵਿਦੇਸ਼ ਵਿੱਚ ਵਾਸਤੇ ਆਪਣੇ ਭੈਣ ਭਰਾ ਵੱਲੋਂ ਅੱਜ ਦੇ ਮੇਰੇ ਰਾਮ ਲਾਲਾ ਦੇ ਜਿਹੜੇ ਪ੍ਰਾਣ ਪ੍ਰਤਿਸ਼ਠਾ ਜੀ ਇਹਨਾਂ ਦੇ ਲੱਖ ਲੱਖ ਵਧਾਈ ਦਿੰਦਾ ਹਾਂ। ਉਹ ਤੇ ਮੈਂ ਆਸ ਕਰਦਾ ਹਾਂ ਕਿ ਜਿੱਦਾਂ ਪ੍ਰਭੂ ਰਾਮ ਸ਼੍ਰੀ ਰਾਮ ਜੀ ਦਾ ਤ੍ਰਿਪਤ ਰਹੇ ਆਪਾਂ ਆਪਣੇ ਮਨ ਚ ਵਸਾਈਏ ਤੇ ਜਿੱਦਾਂ ਸਾਡੇ ਪ੍ਰਭੂ ਸ਼੍ਰੀ ਰਾਮ ਨੇ ਕੀਤਾ ਉਹ ਆਪਣੇ ਸਮਾਜ ਤੇ ਆਪਣੇ ਆਪ ਨੂੰ ਬਣਾਈਏ। ਜੈ ਸ਼੍ਰੀ ਰਾਮ। ਬੜੇ ਖੁਸ਼ ਹਾਂ ਰਾਮ ਭਗਵਾਨ ਦੇ ਉਹਨਾਂ ਨੇ ਆਹ ਮੌਕਾ ਵੇਖਣ ਦੀ ਜ਼ਿੰਦਗੀ ਦਿੱਤੀ ਹੈ ਤੇ ਇਸ ਕਰਕੇ ਅਸੀਂ ਛੋਟਾ ਜਿਹਾ ਪ੍ਰੋਗਰਾਮ ਕਰਾਇਆ ਵਾ। ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਜਿਹਨਾਂ ਨੇ ਹਾਜ਼ਰੀ ਭਰੀ ਹੈ ਜੀ। ਤੇ ਅਸੀਂ ਸਵੇਰੇ ਜੀ 9 ਵਜੇ ਸੁੰਦਰਕਾਂਡ ਦਾ ਪਾਠ ਸ਼ੁਰੂ ਕਰਾਇਆ ਜੀ, 10 ਵਜੇ ਹਵਨ ਕਰਵਾਇਆ ਜੀ, ਹੁਣ ਚਾਹ ਪਕੌੜਾ ਚੱਲ ਰਿਹਾ ਵਾ ਜੀ, ਹੁਣ ਅੱਗੋਂ ਉਹ ਤੋਂ ਬਾਅਦ ਫਿਰ ਪ੍ਰੋਗਰਾਮ ਲੀਕਿਆ ਵਾ ਜੀ ਤੇ ਮਹਾਰਾਜ ਕਿਰਾ ਵਜੇ 7 ਵਜੇ ਤੱਕ ਸਾਡਾ ਪ੍ਰੋਗਰਾਮ ਚੱਲੇਗਾ ਜੀ, ਭਜਨ ਕੀਰਤਨ ਚੱਲੇਗਾ, ਭਜਨ ਮੰਡਲੀਆਂ ਵੀ ਆਈਆਂ ਹੋਈਆਂ, ਡੇਰਾ ਬਾਬਾ ਨਾਨਕ ਦੀਆਂ ਹੋਰ ਬਾਹਰੋਂ ਵੀ ਆਈਆਂ ਹੋਈਆਂ ਤੇ ਇੱਕ ਰਣਜੀਤ ਰਾਜਾ ਜੀ ਸਾਡੇ ਜੀ ਹੈਗੇ ਨੇ ਸਿੰਗਰ ਵਾਇਸ ਆਫ ਪੰਜਾਬ ਦੇ, ਉਹਨਾਂ ਨੂੰ ਵੀ ਸੱਦਿਆ ਹੋਇਆ ਜੀ, ਹੁਣ 7 ਵਜੇ ਤੱਕ ਗੁਣਗਾਨ ਹੋਏਗਾ ਰਾਮ ਜੀ ਦਾ, ਉਸ ਤੋਂ ਬਾਅਦ ਅਸ਼ਟਪਦੀ ਚੱਲੇ ਜੀ। ਜੈ ਸ਼੍ਰੀ ਰਾਮ। ਹਿਮਾਚਲ ਤੇ ਹਰਿਆਣਾ
ਇੱਕ ਛੋਟੀ ਜੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਜੀ, ਬਾਕੀ ਸਾਰੀਆਂ ਤਕਰੀਬਨ ਸਟੇਟਾਂ ਦੇ ਵਿੱਚ ਛੁੱਟੀ ਦਾ ਐਲਾਨ ਹੋਇਆ ਜੀ। ਸਾਨੂੰ ਬੜਾ ਰੋਸ ਆ, ਸਾਡੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਚੁਣਿਆ, ਉਹਨਾਂ ਨੇ ਸਾਨੂੰ ਛੁੱਟੀ ਐਲਾਨ ਨਹੀਂ ਕੀਤੀ, ਸਾਡੇ ਰਾਮ ਭਗਵਾਨ ਦੇ ਨਹੀਂ ਆ, ਪਤਾ ਨੀ ਕੀ ਗੱਲ ਹੈ, ਮੇਰਾ ਰਾਮ ਭਗਵਾਨ ਨਾਲ ਪਿਆਰ ਨਹੀਂ ਹੈ ਸਰ, ਤੇ ਇਸ ਕਰਕੇ ਆਪਾਂ ਬਹੁਤ ਨਾਰਾਜ਼ ਹਾਂ ਇਹਨਾਂ ਨਾਲ। ਬਾਕੀ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਜੇ ਬਾਕੀਆਂ ਧਰਮਾਂ ਨੂੰ ਛੁੱਟੀ ਹੁੰਦੀ ਹੈ ਤਾਂ ਸਾਡੇ ਵਾਰੀ ਕਿਉਂ ਨਹੀਂ ਹੋਈ। ਜੈ ਸ਼੍ਰੀ ਰਾਮ।